ਚਲੀਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਗਲੋਬਲ ਵਿੰਗਸ ਇਮੀਗ੍ਰੇਸ਼ਨ ਕੰਸਲਟੈਂਸੀ ਨੀਅਰ ਮੇਨ ਚੌਂਕ ਫਰੀਦਕੋਟ ਰੋਡ ਤਲਵੰਡੀ ਭਾਈ। ਇੱਥੇ ਵਿਦਿਆਰਥੀਆਂ ਦੇ ਲਈ ਸਟੱਡੀ ਵੀਜ਼ਾ, ਵਿਜ਼ਿਟਰ ਵੀਜ਼ਾ, ਸਪਾਊਸ ਵੀਜ਼ਾ ਤੇ PR ਦੀ ਸੁਵਿਧਾ ਉਪਲਬਧ ਕਰਵਾਈ ਜਾਂਦੀ ਹੈ। ਜੇਕਰ ਤੁਸੀਂ ਵੀ ਬਾਹਰ ਜਾਣ ਦੇ ਇੱਛੁਕ ਹੋ ਤਾਂ ਗਲੋਬਲ ਵਿੰਗਸ ਤਲਵੰਡੀ ਭਾਈ ਦੇ ਨਾਲ ਜ਼ਰੂਰ ਸੰਪਰਕ ਕਰੋ। ਸਾਡੀ ਟੀਮ ਨੇ ਇੱਥੋਂ ਦੇ MD ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਸਾਨੂੰ ਗਲੋਬਲ ਵਿੰਗਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਦਰਸ਼ਕੋ, ਕਿੰਝ ਜਾਈਏ ਪ੍ਰਦੇਸ਼ ਪ੍ਰੋਗਰਾਮ, ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਗਲੋਬਲ ਵਿੰਗਸ ਤਲਵੰਡੀ ਭਾਈ, ਇੱਕ ਐਸਾ ਨਾਮ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਤਲਵੰਡੀ ਭਾਈ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ। ਆਪ ਗੱਲ ਕਰ ਰਹੇ ਹਾਂ ਵੀਰ ਜੀ ਨਾਲ, ਪ੍ਰਵਿੰਦਰ ਜੀ ਨਾਲ। ਵੀਰ ਜੀ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਗਲੋਬਲ ਵਿੰਗਸ ਕਿੰਨੀ ਦੇਰ ਤੋਂ ਜਿਹੜੀਆਂ ਹੈਗੀਆਂ ਸੇਵਾਵਾਂ ਦੇ ਰਿਹਾ 2019 ਦੇ ਸਮੇਂ ਦੇ ਉੱਤੋਂ, ਔਰ ਰਾਸਤੇ ਦੇ ਵਿੱਚ ਜਿੱਦਾਂ COVID-19 ਦਾ ਜਿਹੜਾ ਐਪੀਡੈਮਿਕ ਹੈਗਾ, 1.5 ਸਾਲ ਉਹ ਵੀ ਤੁਸੀਂ ਝੱਲਿਆ, ਉਹਦੇ ਬਾਵਜੂਦ ਵੀ ਇਸ ਸੰਸਥਾ ਨੇ ਜਿਹੜਾ ਹੈਗਾ ਆਪਣੇ ਤਨਦੇਹੀ ਦੇ ਨਾਲ ਜਿਹੜੀ ਹੈ ਸੇਵਾ ਨਿਭਾਈ ਹੈ। ਕੀ ਕਹਿਣਾ ਚਾਹੋਗੇ ਕਿ 2019 'ਚ ਲਾਇਆ ਬੂਟਾ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ, ਔਰ ਤੁਹਾਡੇ ਤੋਂ ਲੱਗੇ ਹੋਏ ਕਾਫੀ ਜਿਹੜੇ ਵੀਜ਼ਾਸ ਹੈਗੇ ਆ, ਚਾਹੇ ਉਹ ਸਟੱਡੀ ਵੀਜ਼ਾ ਹੋਣ, ਚਾਹੇ ਉਹ ਵਿਜ਼ਿਟਰ ਵੀਜ਼ਾਸ ਦੀ ਗੱਲ ਕਰ ਲਈਏ, ਤਾਂ ਕਾਫੀ ਲੋਕ ਜਿਹੜੇ ਹੈਗੇ ਤੁਹਾਡੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਤੁਸੀਂ ਇੱਕ ਵਧੀਆ ਨੈਟਵਰਕ ਦੇ ਨਾਲ ਬਾਹਰ ਭੇਜਿਆ। ਸਤਿ ਸ਼੍ਰੀ ਅਕਾਲ ਜੀ। ਅਸੀਂ 2019 ਤੋਂ ਇਹ ਕੰਮ ਕਰ ਰਹੇ ਹਾਂ ਜੀ, ਇਮੀਗ੍ਰੇਸ਼ਨ ਦਾ। ਉਸ ਤੋਂ ਬਾਅਦ ਲੋਕਡਾਊਨ ਦੇ ਵਿੱਚ ਔਨਲਾਈਨ ਜੋ ਕਲਾਸਿਸ ਚੱਲੀਆਂ, ਔਨਲਾਈਨ ਸਟੱਡੀ ਹੋਈ, ਉਹਦੇ ਵਿੱਚ ਸਟੂਡੈਂਟ ਆਉਂਦੇ ਰਹੇ, ਉਹਨਾਂ ਨਾਲ ਫੋਨ ਕਾਲ 'ਤੇ ਵੀ ਗੱਲ ਹੁੰਦੀ ਰਹੀ, ਜੋ ਔਨਲਾਈਨ ਸਟੱਡੀ ਦਾ ਪ੍ਰੋਸੈਸ ਸੀ ਉਹ ਚਲਾਇਆ। ਉਸ ਤੋਂ ਬਾਅਦ 2021 ਦਾ ਸਮਾਂ ਆਇਆ, ਲੋਕਡਾਊਨ ਦੇ ਵਿੱਚ ਫਿਰ ਵੀ ਅਸੀਂ ਉਹ ਸੇਵਾਵਾਂ ਨਿਭਾਈਆਂ ਸੀ ਸਾਰੀਆਂ। ਅਤੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜੀ, ਕੈਨੇਡਾ, USA, UK ਅਤੇ ਆਸਟ੍ਰੇਲੀਆ ਕਰ ਰਹੇ ਹਾਂ ਜੀ। ਇਹ ਸਾਰਾ ਅਸੀਂ, ਸਾਨੂੰ ਅੱਛਾ ਰਿਸਪੋਂਸ ਮਿਲ ਰਿਹਾ, ਸਟੂਡੈਂਟ ਆ ਰਹੇ ਆ, ਵਿਜ਼ਿਟਰ ਦਾ ਵੀ ਕਰ ਰਹੇ ਹਾਂ ਜੀ। ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਇਸ ਏਰੀਆ ਦੇ ਜੰਮ ਪਲ ਹੋ, ਤੁਸੀਂ ਇਹਨਾਂ ਏਰੀਆ ਦੇ ਨਾਲ ਬਿਲੋਂਗ ਕਰਦੇ ਹੋ, ਕੋਟ ਕਰੋੜ ਦੇ ਰਹਿਣ ਵਾਲੇ ਹੋ, ਔਰ ਤੁਸੀਂ ਖੁਦ ਮਿਲਦੇ ਹੋ। ਇਹ ਨਹੀਂ ਹੈ ਕਿ ਜੋ ਵੀ ਕਸਟਮਰਸ ਆਉਂਦੇ ਨੇ, ਜੋ ਵੀ ਲੋਕ ਆਉਂਦੇ ਨੇ, ਉਹਨਾਂ ਨੂੰ ਤੁਸੀਂ ਨਹੀਂ ਮਿਲਣਾ, ਆਪ ਮਿਲਦੇ ਹੋ, ਆਪ ਉਹਨਾਂ ਦੀਆਂ ਫਾਈਲਸ ਦੇ ਬਾਰੇ ਜਿਹੜਾ ਸਟੱਡੀ ਕਰਦੇ ਹੋ, ਆਪ ਉਹਨਾਂ ਨੂੰ ਕਾਲਜਿਸ ਜਿਹੜੇ ਹੈਗੇ ਆ ਚੂਜ਼ ਕਰਕੇ ਦਿੰਦੇ ਹੋ, ਔਰ ਆਪ ਉਹਨਾਂ ਦੇ ਨਾਲ ਅਟੈਚ ਹੋ ਕੇ, ਮਤਲਬ ਕਿਉਂਕਿ ਤੁਸੀਂ ਇਹਨਾਂ ਪਿੰਡਾਂ ਦੇ ਜੰਮ ਪਲ ਹੋ, ਤੁਹਾਡਾ ਕਾਫੀ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਬਾਪੂ ਜੀ ਹੋਰਾਂ ਨੇ ਵੀ ਜਿਹੜਾ ਹੈਗਾ ਇੰਪ੍ਰੈਸ਼ਨ ਬਣਾਇਆ ਹੋਇਆ, ਔਰ ਇਹੀ ਕਾਰਨ ਆ ਕਿ ਇਸ ਏਰੀਆ ਦੇ ਲੋਕ ਜਿਹੜੇ ਹੈਗੇ ਆ ਰੈਫਰੈਂਸਿਸ ਦੇ ਨਾਲ, ਕਿਉਂਕਿ ਤੁਸੀਂ ਕਿਹਾ ਨਾ ਭੇਜਦੇ ਆ, ਉਹ ਤੋਂ ਬਾਅਦ 5 ਰੈਫਰੈਂਸਿਸ ਉਹਦੇ ਮਿਲਦੇ ਹੈਗੇ ਆ, ਕਿਉਂਕਿ ਚੇਨ ਬਣਦੀ ਜਾਂਦੀ ਆ ਹੌਲੀ ਹੌਲੀ, ਔਰ ਉਹ ਚੇਨ ਦੇ ਨਾਲ ਤੁਸੀਂ ਅੱਗੇ ਵਧੀਆ ਆਉਂਦੇ ਹੋ। ਅਸੀਂ ਖੁਦ ਕੰਮ ਕਰਨ ਬਿਲੋਂ ਕਰਦੇ ਹਾਂ ਜੀ, ਵੀ ਖੁਦ ਕੰਮ ਕਰੀਏ, ਅਸੀਂ ਖੁਦ ਕੰਮ ਕਰਕੇ ਅਸੀਂ ਜੋ ਵੀ ਕਸਟਮਰ ਆਉਂਦਾ ਉਹ ਅਸੀਂ ਖੁਦ ਡੀਲ ਕਰੀਏ, ਸਟੂਡੈਂਟ ਨੂੰ ਵੀ ਲੱਗੇ ਵੀ ਕੋਈ ਅਸੀਂ ਅਲੱਗ ਤੋਂ ਕੰਮ ਨਹੀਂ ਕਰਵਾ ਰਹੇ ਵੀ। ਇਸ ਕਰਕੇ ਜੋ ਏਰੀਏ ਵਿੱਚ ਜੋ ਅਸੀਂ ਕਵਰ ਅਪ ਕੀਤਾ ਹੈਗਾ, ਉਹ ਪਹਿਲਾਂ ਤਾਂ ਏਰੀਏ ਤੋਂ ਹੀ ਸ਼ੁਰੂ ਹੁੰਦਾ ਜੀ। ਸਰ, ਜਿੱਦਾਂ ਤੁਸੀਂ ਕਿਹਾ ਵੀ ਏਰੀਏ ਤੋਂ ਸ਼ੁਰੂ ਹੁੰਦਾ, ਔਰ ਏਰੀਏ ਤੋਂ ਬਾਅਦ ਵਿੱਚ ਜਦੋਂ ਉਹ ਏਰੀਏ ਦੇ ਗਾਂ ਕਿਸੇ ਦਾ ਮਾਮਾ, ਕਿਸੇ ਦਾ ਤਾਇਆ, ਕਿਸੇ ਦਾ ਰਿਸ਼ਤੇਦਾਰੀਆਂ 'ਚ ਗਾਂ ਦੀ ਗਾਂ ਗੱਲ ਜਦੋਂ ਫੈਲਦੀ ਹੈ ਵੀ ਫਲਾਣੇ ਦਾ ਮੁੰਡਾ ਉਹਨਾਂ ਨੇ ਭਾਈ ਭੇਜਿਆ, ਉਸ ਤੋਂ ਬਾਅਦ ਫਿਰ ਤੁਹਾਨੂੰ ਇਕੱਲੇ ਇਸ ਏਰੀਏ ਦੇ ਨਹੀਂ ਬਲਕਿ ਦੂਰੋਂ ਦੂਰੋਂ ਵੀ ਰੈਫਰੈਂਸਿਸ ਮਿਲਣੇ ਸ਼ੁਰੂ ਹੋ ਗਏ। ਹਾਂਜੀ, ਇਸ ਤਰ੍ਹਾਂ ਜਿਸ ਤਰ੍ਹਾਂ ਵੀ ਕੋਈ ਕਿਸੇ ਨਾਲ ਲਿਹਾਜ ਨਿਕਲਦੀ ਹੈ, ਕਿਸੇ ਨਾਲ ਸਟੂਡੈਂਟ ਕੋਈ ਆਪਣੇ ਆਪ ਆਉਂਦਾ ਜਾਂ ਸਾਡੀ ਵੀਡੀਓ ਦੇਖਦਾ, ਉਸ ਤੋਂ ਬਾਅਦ ਜਦੋਂ ਉਹਨਾਂ ਦਾ ਵੀਜ਼ਾ ਲੱਗਦਾ, ਉਸ ਤੋਂ ਬਾਅਦ ਰੈਫਰੈਂਸ 'ਤੇ ਅੱਗੇ ਅੱਗੇ ਉਹ ਚੱਲਦਾ ਕੰਮ। ਵੀਰ ਜੀ, ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਪਾਰਦਰਸ਼ੀ ਕੰਮ ਆਪਣਾ ਰੱਖਿਆ ਹੋਇਆ ਹੈ, ਔਰ ਜੋ ਕਹਿੰਦੇ ਹੋ ਇਹ ਨਹੀਂ ਹੈ ਕਿ ਅਗਲੇ ਨੂੰ ਕਹਿੰਦਾ ਵੀ ਤੁਹਾਡਾ ਫਲਾਣਾ ਵੀ ਨਹੀਂ ਹੈ, ਆਈਲੈਟਸ ਤੁਹਾਡੇ ਬੈਂਡ ਸਕੋਰ ਨਹੀਂ ਹੈ, ਤਾਂ ਤੁਹਾਨੂੰ ਅਸੀਂ ਭੇਜ ਦਿੰਦੇ ਹਾਂ। ਤੁਸੀਂ ਜੋ ਅੰਬੈਸੀ ਦੇ ਰੂਲਸ ਹੈਗੇ, ਜੋ ਵੀ ਬਾਹਰ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਫੋਲੋ ਕਰਕੇ, ਮਤਲਬ ਇਹ ਕੋਸ਼ਿਸ਼ ਕਰਦੇ ਹੋ ਕਿ ਲੋਕਾਂ ਨਾਲ ਪਾਰਦਰਸ਼ੀ ਕੰਮ ਕੀਤਾ ਜਾਵੇ, ਵੀ ਉਹਨਾਂ ਨੂੰ ਦੱਸਿਆ ਜਾਵੇ, ਕਿਉਂਕਿ ਲੋਕ ਪਹਿਲਾਂ ਹੀ ਬਹੁਤ ਜ਼ਿਆਦਾ ਔਖੇ ਨੇ, ਔਰ ਇੰਡਸਟਰੀ ਜਿਹੜੀ ਹੈਗੀ ਹੈ ਇਮੀਗ੍ਰੇਸ਼ਨ ਦੀ ਉਹ ਇੰਨੀ ਕੁ ਜ਼ਿਆਦਾ, ਮਤਲਬ ਲੋਕ ਡਰਦੇ ਨੇ, ਉਹਨਾਂ ਨੂੰ ਲੱਗਦਾ ਕਿ ਕਿਤੇ ਸਾਡੇ ਜਿਹੜੇ ਕਮਾਏ ਹੋਏ ਪੈਸੇ ਆ ਮਿਹਨਤ ਦੇ ਉਹ ਕਿਸੇ ਗਲਤ ਹੱਥਾਂ 'ਚ ਨਾ ਜਾਵਣ। ਤੁਸੀਂ ਕਿਉਂਕਿ ਇਸ ਉਹ ਪਰਿਵਾਰਾਂ ਨਾਲ ਬਿਲੋਂਗ ਕਰਦੇ ਹੋ ਜਿਹਨਾਂ ਪਰਿਵਾਰਾਂ ਨੇ ਮਿਹਨਤ ਕੀਤੀ ਆ ਆਪਣੇ ਹੱਥਾਂ ਦੇ ਨਾਲ, ਮਤਲਬ ਕੰਮ ਕਰਕੇ ਵਧੇ ਹੋਏ ਜੀ। ਇਸ ਤਰ੍ਹਾਂ ਹੈ ਵੀ ਜਦੋਂ ਕੋਈ ਵੀ ਸਟੂਡੈਂਟ ਆਉਂਦੇ ਆ, ਉਹਨਾਂ ਦੇ ਪਹਿਲਾਂ ਤਾਂ ਉਹਨਾਂ ਦੀ ਸਟੱਡੀ ਦੇਖੀ ਜਾਂਦੀ ਹੈ, ਬੈਂਡ ਸਕੋਰ ਦੇਖਿਆ ਜਾਂਦਾ, ਉਹਨਾਂ ਦੇ ਘੱਟ ਬੈਂਡ ਸਕੋਰ ਵੀ ਹੁੰਦੇ ਆ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਅਪ ਕਰੋ, ਜ਼ਰੂਰ ਕਰੋ, ਮਿਹਨਤ ਕਰੋ। ਇਹ ਨਹੀਂ ਗੱਲ ਹੁੰਦੀ ਕਿ ਕੋਈ ਫਾਈਲ ਆਈ ਕਿ ਸਾਨੂੰ ਆਪਣੇ ਪੈਸੇ ਤੱਕ, ਮਤਲਬ ਹੈ ਫਾਈਲ ਲਗਾ ਦਿੱਤੀ। ਅਸੀਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ, ਅਸੀਂ ਫਾਈਲ ਦਾ ਕੋਈ ਚਾਰਜ ਲੈਂਦੇ ਹੀ ਨਹੀਂ ਸਟੂਡੈਂਟ। ਅਸੀਂ ਕਾਫੀ 2019 ਤੋਂ ਕੰਮ ਕਰ ਰਹੇ ਹਾਂ, 2019 ਵੀ ਗਿਆ, 20 ਵੀ ਗਿਆ, 21 ਵੀ ਜਾ ਰਿਹਾ। ਅਸੀਂ ਕਹਿੰਦੇ ਹਾਂ ਟੇਕ ਜਿਹੜੇ ਲੰਘੇ ਹੋਏ, ਅਸੀਂ ਕਿਸੇ ਵੀ ਸਟੂਡੈਂਟ ਤੋਂ ਕੋਈ ਫਾਈਲ ਚਾਰਜ ਨਹੀਂ ਲੈਂਦੇ ਜੀ। ਸੋ ਇਸ ਕਰਕੇ ਵੀ ਸਾਨੂੰ, ਅਸੀਂ ਇਹ ਨਹੀਂ ਗਾ ਵੀ ਸਾਨੂੰ ਕੋਈ ਲਾਲਚ ਹੈ ਕਿਸ ਚੀਜ਼ ਦਾ ਵੀ ਕੋਈ ਸਟੂਡੈਂਟ ਆਇਆ ਜਾਂ ਕੋਈ ਵੀ ਆਇਆ, ਅਸੀਂ ਠੀਕ ਆ ਜੀ ਫਾਈਲ ਫੜੀ ਅਤੇ ਲਗਾ ਦਿਓ, ਨਹੀਂ ਇਹ ਨਹੀਂ।
ਅਸੀਂ ਉਹਨੂੰ ਪ੍ਰੋਪਰ ਹੀ ਗਾਈਡ ਕਰਦੇ ਹਾਂ ਵੀ ਆਹ ਕਾਲਜ ਵਿੱਚ ਤੇਰੀ ਰੈਫਰੈਂਸ ਹੀ ਬਣੂਗੀ, ਇੱਥੇ ਤੂੰ ਜਾ ਸਕਦਾ, ਇਹ ਤੇਰੇ ਬੈਕ ਸਕੋਰ ਜਿਹੜੀ ਕਿੰਨੀ ਹੈਗੀ ਹੈ ਜਾਂ ਘੱਟ ਹੈ ਜਾਂ ਸਹੀ ਹੈ ਜਾਂ ਤੇਰੇ ਨੰਬਰ ਕਿੰਨੇ ਹੈਗੇ ਆ, ਉਹਨੂੰ ਦੇਖ ਕੇ ਹੀ ਸਾਰਾ ਸਟੂਡੈਂਟ ਨੂੰ ਸਮਝਾ ਕੇ ਫਿਰ ਉਹਨੂੰ ਗਾਈਡ ਕਰਕੇ ਫਿਰ ਹੀ ਫੈਲ ਕਰਦੀ ਹੈ। ਇਸ ਤਰ੍ਹਾਂ ਨਹੀਂ ਕਿ ਵੀ ਹਾਂ ਸਟੂਡੈਂਟ ਆਇਆ ਵੀ ਹਾਂ ਵੀ ਆਪਣੇ ਆਪ ਸਾਨੂੰ 30-40 ਹਜ਼ਾਰ ਤੱਕ ਮਸਲਾ ਹੈਗਾ, ਸਾਡੀ ਫੀਸ ਆਈ ਅਸੀਂ ਫੈਲ ਲਗਾ ਦਿੱਤੀ, ਅਗਲੇ ਫੀਸ ਲਾਵੇ ਜਾਂ ਵੀਜ਼ਾ ਆਵੇ ਸਾਡੇ ਆਪਣੇ ਪੈਸੇ ਤੱਕ ਮਤਲਬ ਨਹੀਂ, ਅਸੀਂ ਪੈਸਾ ਲੈ ਹੀ ਨਹੀਂ ਸਟੂਡੈਂਟ। ਵੀ ਜਿੱਦਾਂ ਆਉਣ ਵਾਲੇ ਸਮੇਂ 'ਚ ਆਈਲੈਟਸ ਦਾ ਵੀ ਤੁਸੀਂ ਬਹੁਤ ਵੱਡਾ ਵਿੰਗ ਜਿਹੜਾ ਇੱਥੇ ਸਟਾਰਟ ਕਰ ਰਹੇ ਹੋ ਔਰ ਉਹਦੇ ਲਈ ਤੁਸੀਂ ਪਰਿਪੱਕ ਹੋ ਰਹੇ ਹੋ, ਕਿਉਂਕਿ ਹੁਣ ਤੁਹਾਨੂੰ ਲੱਗ ਰਿਹਾ ਕਿ ਜਦੋਂ ਤੁਸੀਂ ਸਟੂਡੈਂਟਸ ਨੂੰ ਬਾਹਰ ਭੇਜਦੇ ਹੋ ਸਟੱਡੀ ਵੀਜ਼ੇ 'ਤੇ ਲੱਗਦੇ ਆ ਤਾਂ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਲੈਕਿੰਗ ਹੈਗੀ ਆ ਪੜ੍ਹਾਈ ਦੇ ਵਿੱਚ, ਔਰ ਉਸ ਚੀਜ਼ ਨੂੰ ਸੋਚਦੇ ਹੋਏ ਤੁਸੀਂ ਜਿਹੜਾ ਹੈਗਾ ਖੁਦ ਵੀ ਇੱਥੇ ਹੁਣ ਆਈਲੈਟਸ ਦਾ ਜਿਹੜਾ ਹੈਗਾ ਨਾਲ ਸਟਾਰਟ ਕਰਨ ਜਾ ਰਹੇ ਹੋ। ਕੋਵਿਡ ਦਾ ਕਰਕੇ ਥੋੜ੍ਹਾ ਡਿਲੇ ਕੀਤਾ ਹੋਇਆ ਸੀ, ਪਹਿਲਾਂ ਅਸੀਂ ਜਦੋਂ ਅਸੀਂ ਇਹ ਸਟਾਰਟਿੰਗ ਕੀਤਾ ਪਹਿਲਾਂ ਇਮੀਗ੍ਰੇਸ਼ਨ ਦਾ ਕੰਮ ਸਟਾਰਟ ਕੀਤਾ ਸੀਗਾ, 2020 ਦੇ ਵਿੱਚ ਅਸੀਂ ਇਹ ਬਿਲਡਿੰਗ ਬਣਾਉਣੀ ਸੀ, ਕੋਵਿਡ ਦਾ ਕਰਕੇ ਉਹ ਡਿਲੇ ਹੋ ਗਈ, ਅਤੇ ਹੁਣ ਸਾਡਾ ਇਹ ਤਿਆਰ ਹੈ ਜੀ, ਅੱਗੇ ਜਾ ਕੇ ਬਿਲਡਿੰਗ ਤਿਆਰ ਹੋਣੀ ਹੈ ਜੀ, ਅਸੀਂ ਤਿਆਰੀ ਕਰ ਰਹੇ ਹਾਂ। ਔਰ ਆਉਣ ਵਾਲੇ ਸਮੇਂ ਤੁਸੀਂ ਸਕੂਲਾਂ 'ਚ ਕਾਲਜਾਂ 'ਚ ਜਾ ਕੇ ਵੀ ਸੈਮੀਨਾਰਸ ਕਰੋਗੇ ਔਰ ਉਹਨਾਂ ਨੂੰ ਵੀ ਦੱਸੋਗੇ ਵੀ ਕਿੱਦਾਂ ਸਹੀ ਢੰਗ ਨਾਲ ਤੁਸੀਂ ਬਾਹਰ ਕਰ ਸਕਦੇ। ਵੈਸੇ ਤਾਂ ਰੈਫਰੈਂਸ 'ਤੇ ਹੀ ਸਟੂਡੈਂਟ ਆ ਰਹੇ ਆ, ਹਜੇ ਤੱਕ ਤਾਂ ਇੰਨੀ ਜ਼ਰੂਰਤ ਨਹੀਂ ਪਏਗੀ ਕਿ ਫਿਰ ਅਸੀਂ ਕਾਲਜ ਜਾਈਏ ਜਾਂ ਕਿਸੇ ਸਕੂਲ ਜਾਈਏ, ਅਤੇ ਬਾਕੀ ਅੱਗੇ ਦੇਖਦੇ ਹਾਂ ਜੀ। ਵੀ ਜਿੱਦਾਂ ਤੁਸੀਂ ਇੱਥੇ ਕੰਮ ਸਾਰਿਆਂ ਨੇ ਵੰਡੇ ਹੋਏ ਨੇ ਔਰ ਤੁਹਾਡੇ ਕੋਲ ਮੈਨ ਪਾਵਰ ਹੈਗੀ ਆ ਔਰ ਹਰੇਕ ਬੰਦਾ ਜਿਹੜਾ ਹੈਗਾ ਆਪਣੇ ਆਪਣੇ ਕੰਮ ਦੇ ਵਿੱਚ ਪਰਿਪੱਕ ਹੈਗਾ, ਕੀ ਕਹਿਣਾ ਸਰ? ਅਸੀਂ 3 ਬੰਦੇ ਹੈ ਜੀ ਇਸੇ ਕੰਮ ਕਰਦੇ, ਸਤਨਾਮ ਸਿੰਘ, ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ, ਬਲਜਿੰਦਰ ਸਿੰਘ, ਕੁਛ ਸਟਾਫ ਹੈ ਜੀ ਸਾਡਾ। ਅਸੀਂ ਟਿਕਟਿੰਗ 'ਤੇ ਜਿਹੜਾ ਹੈਗਾ ਉਹ ਇੱਕ ਸਪੈਸ਼ਲ ਬੰਦਾ ਹੈਗਾ ਸਾਡਾ, ਉਹ ਅਲੱਗ, ਫਾਈਲਿੰਗ 'ਤੇ ਜਿਹੜਾ ਬੰਦਾ ਕੰਮ ਕਰਦਾ ਉਹ ਸਤਨਾਮ ਸਿੰਘ ਕਰਦਾ ਜੀ। ਬਾਕੀ ਜੋ ਵੀ ਅਸੀਂ ਗਾਈਡੈਂਸ ਦੇਣੀ ਹੁੰਦੀ ਹੈ ਸਟੂਡੈਂਟ ਆਉਂਦਾ ਉਹ ਮੇਰੇ ਕੋਲ ਵੀ ਆਉਂਦਾ, ਸਤਨਾਮ ਕੋਲ ਵੀ ਆਉਂਦਾ, ਇਹ ਬਲਜਿੰਦਰ ਸਿੰਘ ਕੋਲ ਵੀ ਆਉਂਦਾ, ਅਸੀਂ ਉਹਨੂੰ ਗਾਈਡੈਂਸ ਦੇ ਕੇ ਪ੍ਰੋਪਰ ਸਮਝਾ ਕੇ ਫਿਰ ਹੀ ਅਸੀਂ ਅੱਗੇ ਪ੍ਰੋਸੈਸ ਕਰਦੇ ਹਾਂ। ਜਿਹੜਾ ਫਾਈਲਿੰਗ ਦਾ ਕੰਮ ਹੈ ਜੀ ਉਹ ਸਤਨਾਮ ਸਿੰਘ ਅਸੀਂ ਖੁਦ ਰਲ ਕੇ ਕਰਦੇ ਹਾਂ ਜੀ। ਅਭੀ ਜੀ ਜਿੱਦਾਂ ਧੀਰੇ ਧੀਰੇ ਜਿਹੜੇ ਕਾਲਜਾਂ ਦੇ ਵਿੱਚ ਤੁਹਾਡੀ ਇੰਟਰੋਡਕਸ਼ਨ ਵੱਧ ਰਹੀ ਹੈਗੀ ਆ, ਤੁਹਾਡੇ ਨਾਲ ਸਿੱਧੇ ਕਾਲਜ ਜਿਹੜੇ ਹੈਗੇ ਤੁਸੀਂ ਜੁੜ ਰਹੇ ਹੋ ਕਾਲਜਾਂ ਦੇ ਨਾਲ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਵਧੀਆ ਜਿਹੜੇ ਰਿਜ਼ਲਟਸ ਹੈ ਜਾਂ ਹੋਰ ਬੱਚਿਆਂ ਨੂੰ ਮਤਲਬ ਇਸ ਏਰੀਆ 'ਚ ਮਿਲਣ ਦੀ ਸੰਭਾਵਨਾ? ਸਾਡੀ ਪੂਰੀ ਕੋਸ਼ਿਸ਼ ਹੈ ਜੀ ਕਾਲਜਾਂ ਨੂੰ ਜਿੰਨਾ ਟਾਈ ਅਪ ਹੋ ਸਕੇ ਅਸੀਂ ਉਹ ਕਾਲਜਾਂ 'ਤੇ ਸਿੱਧੀ ਗੱਲ ਕਰਕੇ ਅਸੀਂ ਉਹਨਾਂ ਨਾਲ ਜੋ ਜਿੰਨਾ ਵੀ ਨੇੜਤਾ ਹੋ ਸਕੇ ਉਹ ਕਰਕੇ ਅਸੀਂ ਸਟੂਡੈਂਟ ਨੂੰ ਅੱਗੇ ਗਾਈਡ ਕਰਾਂਗੇ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪਲਵਿੰਦਰ ਸਿੰਘ, ਗਲੋਬਲ ਵਿੰਗਸ ਇਮੀਗ੍ਰੇਸ਼ਨ ਤਲਵੰਡੀ ਭਾਈ। ਸਾਡੇ ਸਟੂਡੈਂਟ ਅਭਿਲਕ ਸ਼ਰਮਾ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਜੀ, ਬਹੁਤ ਬਹੁਤ ਮੁਬਾਰਕਾਂ ਅਭਿਲਕ ਜੀ। ਥੈਂਕ ਯੂ ਜੀ। ਮੇਰਾ ਨਾਮ ਅਭਿਲਕ ਸ਼ਰਮਾ, ਮੈਂ ਤਲਵੰਡੀ ਭਾਈ ਵਿਖੇ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ, ਮੈਂ ਉਹਨਾਂ ਆਪਦੀ ਪ੍ਰੋਫਾਈਲ ਦਿਖਾਈ, ਮੈਂ ਪੁੱਛਿਆ ਕਿ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਜਾਏਗਾ ਜਾਂ ਨਹੀਂ। ਇਹਨਾਂ ਨੇ ਮੈਨੂੰ ਹੌਸਲਾ ਦਿੱਤਾ, ਕਹਿੰਦੇ ਕਿ ਤੇਰੀ ਪ੍ਰੋਫਾਈਲ ਬਹੁਤ ਵਧੀਆ, ਤੇਰਾ ਵੀਜ਼ਾ ਬਹੁਤ ਜਲਦੀ ਆ ਜਾਏਗਾ। ਜਦੋਂ ਮੇਰਾ ਵੀਜ਼ਾ ਆਇਆ ਤਾਂ ਮੈਨੂੰ ਪਤਾ ਲੱਗਾ ਕਿ ਸਿਰਫ ਇਹਨਾਂ ਨੇ 25 ਦਿਨਾਂ ਵਿੱਚ ਮੇਰਾ ਵੀਜ਼ਾ ਲਗਵਾ ਤਾ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗਲੋਬਲ ਵਿੱਚ ਦੀ ਟੀਮ ਨੂੰ ਕਿ ਇਹਨਾਂ ਨੇ ਮੇਰਾ ਵੀਜ਼ਾ ਲਗਵਾਇਆ।